ਛੱਡ ਦੇ ਪਿਆਰ ਦਾ ਬੂਟਾ ਮੁੱਢੋਂ ਵੱਢ ਦੇ ਲੋਕੀ ਹੱਸਦੇ ਨੇ ਉਹ ਲੋਕੀ ਹੱਸਦੇ ਨੇ ਲੋਕੀ ਹੱਸਦੇ ਨੇ ਸਮਝ ਸਵਾ ਗੱਲਾਂ ਮੂੰਹ ਤੇ ਕਰਾਂਗੇ ਸਤਾਵੇ ਹਾਂ ਪਾ ਕੇ ਜੁਦਾਈਆਂ ਨਾ ਤੂੰ ਜਾਵੇ ਅਫਜ਼ਲ ਸ਼ਾਦ ਨਾ ਸਤਾਵੇ ਹਾਂ ਪਾ ਕੇ ਜੁਦਾਈਆਂ ਨਾ ਤੂੰ ਜਾਵੇ ਗੁਜ਼ਰੇ ਉਹ ਵੇਲੇ ਪਿੱਛਾ ਮੋੜ ਦੇ ਟੁੱਟੇ ਹੋਏ ਨਾਲੇ ਫੇਰ ਜੋੜ ਦੇ ਛੱਡ ਆਕੜਾਂ ਤੂੰ ਬਣਨਾ ਨਵਾਂ ਗੱਲਾਂ ਮੂੰਹ ਤੇ ਕਰਾਂਗੇ ਮੂੰਹ ਤੇ ਕਰਾਂ ਕਦੀ ਕੱਲਿਆਂ ਤੇ ਟਕਰੋ ਜਨਾ ਗੱਲਾਂ ਮੂੰਹ ਤੇ ਕਰਾਂਗੇ ਕਦੀ ਕੱਲਿਆਂ ਤੇ ਟਕਰੋ ਜਨਾ ਗੱਲਾਂ ਮੂੰਹ ਤੇ ਕਰਾਂਗੇ ਇੱਥੇ ਰਿਹਾ ਜੇ ਅਸਲਾਮ ਅਲੈਕਮ ਵੀਵਰਸ ਯੇ ਆਜ ਹਮ ਅਫਜ਼ਲ ਸ਼ਾਹ ਕੇ ਗਾਣੇ ਕਾਣਾ ਵੀਡੀਓ ਬਣਾ ਰਹੇ ਹੈ ਤੋ ਅਫਜ਼ਲ ਸ਼ਾਹ ਸਾਹਿਬ ਆਜ ਆਪ ਮੈਨੂੰ ਯੇ ਬਤਾਏ ਕਿ ਆਪਕੋ ਯੇ ਇਮਤਿਆਜ਼ ਸਾਹਿਬ ਕੇ ਸਾਥ ਕਾਮ ਕਰਕੇ ਕੈਸਾ ਲੱਗ ਰਿਹਾ ਉਨਕੀ ਡਾਇਰੈਕਸ਼ਨ ਮੇਂ ਜੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਇਮਤਿਆਜ਼ ਸਾਹਿਬ ਹਮਾਰੇ ਬਹੁਤ ਜ਼ਿਆਦਾ ਸੀਨੀਅਰ ਹੈ ਔਰ ਆਰਟਿਸਟ ਬਹੁਤ ਅੱਛੇ ਹੈ ਔਰ ਬਹੁਤ ਅੱਛੇ ਡਾਇਰੈਕਟਰ ਵੀ ਹੈ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਮੇਰਾ ਬਹੁਤ ਅੱਛਾ ਸੌਂਗ ਹੋ ਰਿਹਾ ਹੈ ਕਦੀ ਕੱਲਿਆਂ ਤੋਂ ਟਕਰੋ ਜਨਾਬ ਗੱਲਾਂ ਮੂੰਹ ਤੇ ਕਰਾਂਗੇ ਉਮੀਦ ਰੱਖਦਾ ਹਾਂ ਕਿ ਸਭ ਲੋਕਾਂ ਕੋ ਪਸੰਦ ਆਏਗਾ ਸ਼ੁਕਰੀਆ ਥੈਂਕ ਯੂ ਮਹਿਵਿਸ਼ ਰਾਣੀ ਜੋ ਕਿ ਕਿਸੇ ਤਾਰਫ ਕੀ ਮੁਹਤਾਜ ਨਹੀਂ ਫਿਰ ਵੀ ਹਮ ਇਨਸੇ ਇਨਕੀ ਜ਼ੁਬਾਨੀ ਤਾਰਫ ਸੁਣ ਜੀ ਬਹੁਤ ਬੜੀ ਆਰਟਿਸਟ ਹੈ ਫਿਲਮ ਸਟਾਰ ਹੈ ਅਸਲਾਮ ਅਲੈਕਮ ਦੋਸਤੋ ਕੈਸੇ ਆਪ ਉਮੀਦ ਕਰਤੀ ਹੂੰ ਠੀਕ ਹੋਗੇ ਮੁਝੇ ਪਹਿਲੇ ਹੀ ਸਾਹ ਚੜਾ ਹੁਆ ਹੈ ਇਸ ਲਈ ਇਤਨਾ ਬੋਲ ਨਹੀਂ ਸਕਤੀ ਅੱਲਾ ਕਾ ਸ਼ੁਕਰ ਹੈ ਮਨਤਿਆਜ਼ ਸਾਹਿਬ ਕੇ ਸਾਥ ਕਾਮ ਕਰਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਥੈਂਕ ਯੂ ਸੋ ਮਚ ਅੱਲਾ ਹਾਫਿਜ਼ ਜੀ ਇਮਤਿਆਜ਼ ਸਾਹਿਬ ਆਪਕੋ ਆਰਟਿਸਟ ਔਰ ਕੈਮਰਾਮੈਨ ਕੈਸੇ ਲੱਗ ਰਹੇ ਜੀ ਮੇਰੇ ਆਰਟਿਸਟ ਤੋਂ ਬਹੁਤ ਅੱਛੇ ਹੈ ਮਾਸ਼ਾਅੱਲਾ ਸਿੰਗਰ ਵੀ ਬਹੁਤ ਅੱਛੇ ਔਰ ਕੈਮਰਾਮੈਨ ਤੋਂ ਕਿਆ ਹੀ ਬਾਤ ਹੈ ਜੀ ਅਸਦ ਹਮਾਰੇ ਅਸਦ ਸਾਹਿਬ ਬਹੁਤ ਅੱਛੇ ਕੈਮਰਾਮੈਨ ਹੈ ਜੀ ਹਮਾਰੇ ਔਰ ਯੇ ਖੁਸ਼ੀ ਕੀ ਬਾਤ ਹੈ ਕਿ ਹਮਾਰੇ ਸਾਥ ਯੇ ਕਾਮ ਕਰਤੇ ਹੈ ਕਭੀ ਕਭੀ ਅੱਛਾ ਲੱਗਤਾ ਹੈ ਇਨਕੋ ਡਾਂਟਣਾ ਵੀ ਹਾਂ ਬਿਲਕੁਲ ਬਿਲਕੁਲ ਜੀ ਯੇ ਹੈ ਸਿੰਗਰ ਆਪਕਾ ਨਾਮ ਸਰ ਆਪ ਮੁਹੰਮਦ ਅਜਮਲ ਸਾਕੀ ਮੇਰਾ ਨਾਮ ਸਿੰਗਰ ਹੈ ਤੋ ਮਾਸ਼ਾਅੱਲਾ ਬਹੁਤ ਅੱਛੇ ਯੇ ਮਿਊਜ਼ਿਕ ਬਣਾਤੇ ਹੈ ਔਰ ਬਹੁਤ ਅੱਛਾ ਕਾਮ ਕਰਤੇ ਹੈ ਮੈਂ ਚਿਸ਼ਤੀਆਂ ਸੇ ਆਤਾ ਹੂੰ ਇਨਸੇ ਕਾਮ ਕਰਵਾਤਾ ਹੂੰ ਯੇ ਆਪ ਗਾਣਾ ਜੋ ਬਣਾ ਰਹੇ ਹੈ ਜੀ ਯੇ ਇਮਤਿਆਜ਼ ਸਾਹਿਬ ਕੇ ਸਾਥ ਬਣਾ ਰਹੇ ਹੈ ਬਿਲਕੁਲ ਇਮਤਿਆਜ਼ ਸਾਹਿਬ ਕੇ ਸਾਥ ਬਣਾ ਰਹੇ ਹੈ ਇਨਕੀ ਰਿਕਾਰਡਿੰਗ ਕੇ ਆਡੀਓ ਕਿਸ ਨੇ ਬਣਾਈ ਹੈ ਆਡੀਓ ਰਿਕਾਰਡਿੰਗ ਵੀ ਇਮਤਿਆਜ਼ ਸਾਹਿਬ ਨੇ ਬਣਾਈ ਭਜਨ ਅੰਦਰ ਬਹੁਤ ਅੱਛਾ ਕਾਮ ਕਰ ਰਹੇ ਮਾਸ਼ਾਅੱਲਾ ਆਪ ਨੇ ਪੂਰੀ ਆਡੀਓ ਬਣਵਾਈ ਤੋ ਆਪਕੋ ਕੈਸਾ ਲਗਾ ਕਿ ਯੇ ਬੰਦੇ ਕੈਸੇ ਹੈ ਬਹੁਤ ਅੱਛੇ ਹੈ ਮਾਸ਼ਾਅੱਲਾ
ठीक वादे पे काम करते, दुकान खुली छड़ के आपके हवाले करके सारी सर रात वापस नहीं आते, कोई खतरा नहीं, कोई परेशानी नहीं, कोई टेंशन नहीं, ऐसी कोई बात नहीं, काम ठीक करते हैं और वादे पे और पूरा पूरा काम करते। जबकि मेरा ख्याल है कि ये जो बारिश स्टूडियो के इर्द गिर्द जितने भी ऑडियो रिकॉर्डिस्ट हैं उनमें से सबसे बेस्ट बेस्ट हैं और बेहतरीन है जी। मैं आपको बताना भूल गया, ये हमारे अस चन यानी कि अमानत चन के समझेंगे भाई, लगते तो नहीं लेकिन उस जैसे हैं, बहुत अच्छे कैमरामैन हैं, मैंने काफ़ी काम किया, बहुत ज़्यादा मज़ा आया, बहुत अच्छे इंसान भी हैं। ये मेरे ख्याल में आप भूल गए थे कहना पहले। हाँ जी मैं भूल गया था, बस यही हुआ। थैंक यू जी सर। आप क्या हैं सर? सपोर्टर भाई, मैन का सपोर्टर हूँ अजमल का। अच्छा, इम्तियाज भाई बहुत अच्छे हैं, ठीक है, बहुत अच्छा काम करते हैं। सर आप सब्सक्राइब का ज़रा कह दें जी, ये हमारी वीडियोस आप देखें और हमारे चैनल को लाइक करें और सब्सक्राइब करें। बड़ी मेहरबानी, थैंक यू, शुक्रिया।